ਬੈਠੇ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੂਰੇ ਵਿਸ਼ਵ ਭਰ 'ਚ ਸਾਡੇ ਵੱਡੇ ਬਾਬੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸ਼ਾਇਦ ਮੈਂ ਜ਼ਿਆਦਾ ਘੱਟ ਬੋਲ ਗਿਆ ਹਾਂ, ਧਰਤੀ ਹੀ ਨਹੀਂ ਪਾਤਾਲ ਅਤੇ ਆਕਾਸ਼ ਵਿੱਚ ਵੀ, ਯਾਨੀ ਪੂਰੇ ਬ੍ਰਹਿਮੰਡ 'ਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਾਰੇ ਪਾਸੇ ਚਾਹ ਜਿਹਾ ਚੜਿਆ ਹੋਇਆ ਹੈ। ਸਿੱਖਾਂ ਦੀ ਸਰਵ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਵੱਡੇ ਪੱਧਰ ਸਮਾਗਮ ਦੀ ਤਿਆਰੀ ਕੀਤੀ ਹੋਈ ਹੈ, ਉੱਥੇ ਹੀ ਹਜ਼ਾਰਾਂ ਸਿੰਘ ਸਭਾਵਾਂ ਅਤੇ ਹੋਰ ਧਾਰਮਿਕ ਜਥੇਬੰਦੀਆਂ ਨੇ ਵੀ ਦੇਸ਼ ਵਿਦੇਸ਼ ਵਿੱਚ ਵੱਡੇ ਸਮਾਗਮ ਦੀਆਂ ਤਿਆਰੀ ਕੀਤੀਆਂ ਹੋਈਆਂ ਹਨ। ਹਰ ਪਾਸੇ ਖੁਸ਼ੀਆਂ ਭਰਿਆ ਮਾਹੌਲ ਬਣਿਆ ਹੋਇਆ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਤੋਂ ਬਹੁਤ ਹੀ ਸ਼ਾਨਦਾਰ ਨਗਰ ਕੀਰਤਨ ਆਰੰਭ ਹੋ ਚੁੱਕਿਆ ਹੈ। ਸੰਗਤਾਂ ਬੜੇ ਚਾਅ ਨਾਲ ਦਰਸ਼ਨ ਦਾਇਰੇ ਕਰ ਰਹੀਆਂ ਹਨ। ਸਿੱਖ ਹੀ ਨਹੀਂ, ਹਰ ਜਾਤੀ ਵਰਗ ਦੇ ਲੋਕ ਬੜੇ ਉਤਸਾਹ ਨਾਲ ਸਹਿਜ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੀ ਪਾਸੋਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹਨ। ਪਰ ਇਹਨਾਂ ਸਭ ਨਾਲ ਵਾਕਈ ਇੱਕ ਦੁੱਖ ਭਰਿਆ ਪੱਖ ਇਹ ਵੀ ਹੈ ਕਿ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਦੋ ਨਗਰ ਕੀਰਤਨ ਸਜਾਏ ਜਾ ਰਹੇ ਹਨ, ਜੋ ਕਿ ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ 'ਤੇ ਪਹੁੰਚਣੇ ਹਨ। ਇਹਨਾਂ ਨਗਰ ਕੀਰਤਨਾਂ 'ਚ ਸੋਨੇ ਦੀ ਪਾਲਕੀ ਵੀ ਨਾਲ ਜਾਏਗੀ, ਜੋ ਕਿ ਉੱਥੇ ਗੁਰਦੁਆਰਿਆਂ 'ਚ ਸੁਸ਼ੋਭਿਤ ਕੀਤੀ ਜਾਏਗੀ। ਨਗਰ ਕੀਰਤਨ ਦਾ ਹੱਕ ਮੌਜੂਦਾ ਕਮੇਟੀ ਕੋਲ ਹੁੰਦਾ ਹੈ ਅਤੇ ਬਾਕੀ ਸਾਰੀ ਪੰਥਕ ਜਥੇਬੰਦੀਆਂ ਦਾ ਫਰਜ਼ ਬਣਦਾ ਹੈ ਕਿ ਮੌਜੂਦਾ ਕਮੇਟੀ ਨੂੰ ਪੂਰਨ ਸਹਿਯੋਗ ਦੇਵੇ। ਇਸ ਨਾਲ ਵਿਸ਼ਵ ਭਰ 'ਚ ਅਤੇ ਇਲਾਕੇ 'ਚ ਏਕਤਾ ਅਤੇ ਪਿਆਰ ਦਾ ਸੁਨੇਹਾ ਜਾਂਦਾ ਹੈ। ਲੇਕਿਨ ਅਜੇ ਖੁਸ਼ੀ ਭਰੇ ਮੌਕੇ 'ਤੇ ਵੀ ਆਪਣੇ ਨਿੱਜੀ ਸਵਾਰਥ ਨੂੰ ਨਾ ਤਿਆਗਦੇ ਹੋਏ ਸਰਦਾਰ ਪਰਮਜੀਤ ਸਿੰਘ ਸਰਨਾ ਵੱਲੋਂ ਵੱਖਰੇ ਨਗਰ ਕੀਰਤਨ ਕੱਢਣ ਦਾ ਜੋ ਐਲਾਨ ਕੀਤਾ ਹੈ, ਇਹ ਬਹੁਤ ਦੁੱਖ ਭਰਿਆ ਹੈ। ਰੰਗ 'ਚ ਭੰਗ ਪਾਉਣ ਦੀ ਸਰਨਾ ਗਰੁੱਪ ਦੀ ਇਹ ਬਹੁਤ ਵੱਡੀ ਸਾਜਿਸ਼ ਜਾਪਦੀ ਹੈ। ਹੁਣ ਇੱਥੇ ਕਿਸ ਨੂੰ ਅਸੀਂ ਦੋਸ਼ੀ ਕਵਾਂਗੇ? ਆਰ ਐੱਸ ਨੂੰ ਦੋਸ਼ੀ ਕਵਾਂਗੇ ਕਿ ਜੋ ਕਾਂਗਰਸ ਦਾ ਸਰਨਾ ਹੈ ਉਸਨੂੰ ਦੋਸ਼ੀ ਕਵਾਂਗੇ? ਇਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਕਿ ਇਸ ਨਾਲ ਵਿਸ਼ਵ ਭਰ 'ਚ ਗੁਰੂ ਨਾਨਕ ਨਾਮ ਲਿਓ ਸੰਗਤਾਂ ਨੂੰ ਮਨਾਂ ਠੇਸ ਪਹੁੰਚੇਗੀ। ਇਹ ਵਿਸ਼ਵ ਭਰ 'ਚ ਸਿੱਖਾਂ ਦਾ ਮਜ਼ਾਕ ਬਣਾਉਣਾ ਚਾਹੁੰਦੇ ਹਨ। ਅਸੀਂ ਸਰਨਾ ਗਰੁੱਪ ਨੂੰ ਬੇਨਤੀ ਕਰਦੇ ਹਾਂ ਕਿ ਵਿਸ਼ਵ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਅੱਜ ਦਿੱਲੀ ਉੱਪਰ ਲੱਗੀਆਂ ਹੋਈਆਂ ਹਨ। ਇਸ ਕਰਕੇ ਆਪਣੀ ਨਿੱਜੀ ਹੋਮੇ ਨੂੰ ਤਿਆਗ ਕੇ ਮੌਜੂਦਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਉਹਨਾਂ ਦੀ ਟੀਮ ਨੂੰ ਸਹਿਯੋਗ ਦੇਣ ਅਤੇ ਇੱਕ ਨਗਰ ਕੀਰਤਨ ਕੱਢਣ ਦਾ ਉਪਰਾਲਾ ਕਰਨ, ਜਿੱਥੇ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਖਾਲਸੇ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਹਜ਼ਾਰਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਹਨ। ਸੱਚੇ ਝੂਠੇ ਮੁਕਾਬਲਿਆਂ 'ਚ ਹਜ਼ਾਰਾਂ ਸਿੰਘ ਸ਼ਹੀਦ ਹੋ ਚੁੱਕੇ ਹਨ। ਦਹਾਕਿਆਂ ਤੋਂ ਜ਼ਿਲ੍ਹਿਆਂ ਵਿੱਚ ਨਜ਼ਰਬੰਦ ਸਿੰਘ ਕੱਟ ਰਹੇ ਹਨ। ਫਾਂਸੀ ਦੇ ਰੱਸਿਆਂ ਨੂੰ ਚੁੰਮ ਕੇ ਜਿੱਥੇ ਸਿੰਘਾਂ ਨੇ ਗਲਾਂ 'ਚ ਪਾਇਆ, ਤੁਸੀਂ ਉਸੇ ਪੰਥ ਨੂੰ ਆਪਣੇ ਨਿੱਜੀ ਹੋਮੇ ਕਰਕੇ ਕਿਉਂ ਖੇਰ ਕਰਨਾ ਚਾਹੁੰਦੇ ਹੋ? ਤੁਸੀਂ ਆਪਣਾ ਵੱਖਰਾ ਨਗਰ ਕੀਰਤਨ ਕੱਢਣ ਦਾ ਐਲਾਨ ਕਰਕੇ ਗੁਰੂ ਦੇ ਸਿੰਘਾਂ ਨੂੰ ਚੈਲੰਜ ਕਰ ਰਹੇ ਹੋ। ਤੁਹਾਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈਣਾ ਹੈ, ਕਿਉਂਕਿ ਖਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਗੁਰਬਾਣੀ ਵਾਕ ਹੈ, ਐਸੀ ਕਲਾ ਨਾ ਖੇਡੀ ਹੈ ਜਿਸ ਦਰਗਾਹ ਗਿਆ ਹਾਰੀ ਹੈ। ਯਾਦ ਰੱਖਿਓ, ਜੇ ਗੁਰੂ ਨਾਨਕ ਦੇਵ ਜੀ ਦੇ ਘਰ ਬਖਸ਼ਿਸ਼ ਹਨ ਤਾਂ ਉੱਥੋਂ ਧਿਕਾਰਾਂ ਵੀ ਪੈਂਦੀਆਂ ਹਨ। ਸੰਭਲ ਜਾਓ, ਨਹੀਂ ਤਾਂ ਬਰਬਾਦ ਹੋ ਜਾਓਗੇ। ਆਪਣੇ ਨਾਲ ਆਪਣੇ ਅਕਾਲੀ ਦਲ ਦਾ ਵੀ ਤੁਸੀਂ ਖਾਤਮਾ ਕਰਵਾਓਗੇ। ਸਰਨਾ ਸਾਹਿਬ ਇੱਕ ਸਿੰਘ ਦੀ ਇੱਕ ਸਿੰਘਾਂ ਦੀ ਇੱਕ ਪੁਰਾਣੀ ਕਹਾਵਤ ਹੈ, ਆਪ ਤਾਂ ਮਾਰਨਾ ਸੀ ਪਾਪੀ ਨੇ, ਟੱਬਰ ਲੈ ਕੇ ਬਹਿ ਗਿਆ। ਅਤੇ ਤੁਸੀਂ ਇਹ ਨਾ ਹੋਵੇ ਕਿ ਤੁਸੀਂ ਆਪਣਾ ਅਕਾਲੀ ਦਲ ਵੀ ਨਾ ਖਤਮ ਕਰਵਾ ਲਓ। ਸਮਾਂ ਹੈ, ਸੰਭਲ ਜਾਓ, ਡੁੱਲੇ ਬੇਰਾਂ ਦਾ ਅਜੇ ਕੁਛ ਨਹੀਂ ਵਿਗੜਿਆ। ਗੁਰੂ ਘਰ ਦੀਆਂ ਬਖਸ਼ਿਸ਼ਾਂ ਲਵੋ, ਸਿੱਖਾਂ ਦਾ ਹਾ ਨਾ ਲਵੋ, ਕਿਉਂਕਿ ਸਿੱਖਾਂ ਦੀ ਹਾ ਜੇ ਪਏਗੀ ਤਾਂ ਤੁਹਾਡਾ ਬੇੜਾ ਗਰਕ ਹੋ ਜਾਣਾ ਹੈ। ਆਖੀਰ 'ਚ ਦੇਸ਼ ਵਿਦੇਸ਼ 'ਚ ਬੈਠੀ ਗੁਰੂ ਨਾਨਕ ਨਾਲ ਸੰਗਤ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਕਿ 550ਵਾਂ ਜਿਹੜਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਇਹ ਸਾਰੀਆਂ ਸੰਗਤਾਂ ਬੜੇ ਚਾਅ ਨਾਲ ਉਤਸਾਹ ਨਾਲ ਮਨਾਉਣ। ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਗੁਰਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।